ਸੁਣੋ ਦੇਵਾ ਜੋੜੇ ਧੰਨਵਾਦ ਕਹੋ ਸ਼ੁਕਰੀਆ ਅਦਾ ਕਹੋ ਸਤਿਗੁਰੂ ਮਹਾਰਾਜ ਦਾ ਦੋ ਬਚਨ ਦਾਸੇ ਹਿੰਮਤ ਤਾਕਤ ਬਖਸ਼ ਕੇ ਚਿੰਤਾ ਪੰਛੀ ਪਿਆਰੇ ਕੋਲ ਕੋਈ ਸੰਗਤ ਸੇਵਾ ਕਰੇ ਰੋਜ਼ ਜ਼ਬੀਨ ਜੀ ਕੋ ਸਿੰਘ ਸਹਿ ਭਾਈ ਸੁਜਾਨ ਸਿੰਘ ਦਾ ਚਿਹਪਤ ਵਿਚਾਰਦਾ ਮਜ਼ੂਰੀ ਕੀ ਸੰਗਤ ਲਾ ਬਚੋ ਲਾ ਰੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਵਾ ਤੂੰ ਹੈ ਮੇਰੇ ਸੁਆਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਤਾਂ ਨਹੀਂ ਜਿਸ ਪੇ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝੀ ਪਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਿਨ ਮਾਨੇ ਪਰ ਤਖ ਗੁਰੂ ਨਿਸਤਾਰੇ ਗੁਰੂ ਪਿਆਰੀ ਸਾਧ ਸੰਗਤ ਜੀਓ ਗੱਜ ਵੱਜ ਕੇ ਪਤੀ ਜੀ ਪ੍ਰਵਾਨਗੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਭਾਈ ਜੁਗਾ ਸਿੰਘ ਖਾਲਸਾ ਤਾਲੁਕ ਸਕੂਲ ਦੇ ਫੁੱਲ ਬੱਚੇ ਸੋਹਣੇ ਸੋਹਣੇ ਫੁੱਲ ਵਾਂਗੂ ਬੱਚੇ ਇਸ ਪਾਉਣ ਦਰਬਾਰ ਵਿੱਚ ਹਾਜ਼ਰ ਹੋਏ ਹਨ ਅਤੇ ਨਾਲੋ ਨਾਲ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਖਾਲਸਾ ਧਾਰਮਿਕ ਸਕੂਲ ਦੇ ਫੁੱਲ ਵਾਂਗੂ ਬੱਚੇ ਇਸ ਪਾਉਣ ਦਰਬਾਰ ਵਿੱਚ ਹਾਜ਼ਰ ਹੋਏ ਹਨ ਮੈਂ ਸਮੂਹ ਪ੍ਰਬੰਧਕਾਂ ਦਾ ਸਮੂਹ ਸੰਗਤਾਂ ਦਾ ਦੋਨੋਂ ਸਕੂਲ ਦੇ ਪ੍ਰਬੰਧਕਾਂ ਦਾ ਅਤਿਅੰਤ ਧੰਨਵਾਦੀ ਹਾਂ ਖਾਸ ਕਰ ਪੰਜਾਬੀ ਧਾਰਮਿਕ ਸਕੂਲ ਦੇ ਪੰਜਾਬੀ ਸਿੱਖ ਸੰਗਤ ਦੇ ਅਸੀਂ ਅਤਿਅੰਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਬੜਾ ਮਹਾਨ ਉਪਰਾਲਾ ਕਰਕੇ ਬੱਚਿਆਂ ਨੂੰ ਇਨਾਮਾਤ ਨਾਲ ਨਿਵਾਜਨ ਦੀ ਉਪਰਾਲਾ ਕੀਤਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੰਜਾਬੀ ਸਿੱਖ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਬੱਚੇ ਖਾਲਸਾ ਕੌਮ ਦੇ ਬੱਚੇ ਹਨ ਇਹ ਬੱਚੇ ਸਾਰੇ ਬੱਚੇ ਹਨ ਇਹਨਾਂ ਬੱਚਿਆਂ ਦਾ ਜਿਤਨਾ ਵੀ ਹੌਸਲਾ ਅਫਜ਼ਾਈ ਹੋ ਜਾਵੇ ਉਹ ਕੰਮ ਹੈ ਸੋ ਮੈਂ ਫਿਰ ਪੰਜਾਬੀ ਸਿੱਖ ਸੰਗਤਾਂ ਦਾ ਅਤਿਅੰਤ ਧੰਨਵਾਦੀ ਹਾਂ ਸਮੂਹ ਪ੍ਰਬੰਧਕਾਂ ਦਾ ਸਮੂਹ ਸੰਗਤਾਂ ਦਾ ਦੋਨੋਂ ਸਕੂਲ ਦੇ ਪ੍ਰਬੰਧਕਾਂ ਦਾ ਮੈਂ ਅਤਿਅੰਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆ ਕੇ ਆਪਣੇ ਸ਼ੁਭ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ ਜੀ ਗੁਰੂ ਪਟਵਾਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੁਝੇ ਪੰਜਾਬੀ ਸਿੱਖ ਸੰਗਤ ਕੀ ਤਰਫ ਸੇ ਮੈਂਬਰਸ਼ਿਪ ਕੀਆ ਗਿਆ ਥਾ ਤੋ ਮੇਰੀ ਇੱਕ ਮੀਟਿੰਗ ਹੋਈ ਔਰ ਮੁਝੇ ਬਤਾਇਆ ਗਿਆ ਕਿ ਆਪ ਕਿਆ ਕਰਨਾ ਚਾਹਤੇ ਹੋ ਸਾਢੇ ਪੰਜ ਸੌ ਸਾਲ ਕੇ ਲੀਏ ਮੈਨੇ ਉਨਕੋ ਸਿਰਫ ਇੱਕ ਬਾਤ ਕਹਿ ਦੀ ਕਿ ਮੁਝੇ ਕੁਛ ਆਪਣੇ ਜ਼ਾਤ ਕੇ ਲੀਏ ਕੁਛ ਚੀਜ਼ ਨਹੀਂ ਚਾਹੀਏ ਮੇਰੇ ਦੋ ਸਕੂਲ ਹੈ ਇੱਕ ਭਾਈ ਜੋਗਾ ਸਿੰਘ ਧਾਰਮਿਕ ਸਕੂਲ ਇੱਕ ਗੁਰੂ ਅੰਗਦ ਦੇਵ ਜੀ ਧਾਰਮਿਕ ਸਕੂਲ ਇਨ ਵਿਦਿਆਰਥੀਆਂ ਕੇ ਲੀਏ ਮੁਝੇ ਬੈਗਸ ਔਰ ਕਾਪੀਓ ਕੀ ਜ਼ਰੂਰਤ ਹੈ ਮੁਝੇ ਯੇ ਦੇ ਦੇ ਤੋ ਇਹ ਸਾਡਾ ਇਹ ਉਪਰਾਲਾ ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਸ਼ੁਰੂ ਕੀਤਾ ਹੈ ਅਤੇ ਜਿਤਨੀ ਵੀ ਸੇਵਾ ਹੋ ਸਕੇ ਮੈਂ ਆਪਣੇ ਮਿਸ਼ਰਾਨ ਨਵੀਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ
मेरे तो जितनी भी सेवा हो सके, जिधर भी मेरी गुरुद्वारिया के पोजिशन भी मैं देख रहा, भाई दीवार सिंह के गुरुद्वारे का भी साढ़े हालात वो भी मैं देख रहा, तो भाई डोगरा सिंह के गुरुद्वारे के हालात भी मैं देख रहा। जिथे जिथे हो सके मैं हर जगह तो अपनी आवाज़ उठाऊंगा। तो मैं इन मशरान तो यही कहना चाहना कि मैं मेरे तो सेवा लाओ, मैं सेवा करूँगा, मैं सेवे के लिए आया हूँ, अपनी जात के लिए मैं नहीं निकला। मुझे जात के लिए अगर निकलना होता तो मैं अपने शौक पे सुबह चला जाऊँगा, शाम तक मुझे परमात्मा सब कुछ दे देता है। जितनी मेरे से हो सके मैं संगत की भी सेवा करूँगा, और बार बार मैं यही कहना चाहता हूँ कि मैं अपने संगत की सेवा दिल से करूँगा। इन्हीं अथा प्रमाण कर दी वाहेगुरु जी का खालसा वाहेगुरु जी की फतेह। निशान भाई सरबत सिंह, बाबा जी मखन सिंह, मामा जी रवेल सिंह, मामा जी राम सिंह, जितने भी सारे निशान सिंह साहब सुजान सिंह, निशान सिंह जी गिल जी, जितने भी सारे प्रबंधक कमेटी के निशान हैं, दोनों स्कूलों के निशान, इन्होंने चरण में बेनती है कि तुम 550 साल के जो बैग पहले बच्चों के नाम तकसीम कर दो। वाहेगुरु जी का खालसा वाहेगुरू जी की फतेह। बाबा जी के चरणों में बेनती है कि वो स्टेज पर आके संगत नाल अपने शुभ विचार साझे करन। बाबा जी मखन सिंह जी। गुरु साध संगत जी, वाहेगुरु जी का खालसा वाहेगुरु जी की फतेह। गुरु साध संगत जी हो हैर विचार छो दाओ राजा ਤੁਸੀਂ ਮਿਲੋ ਜੇ ਭਾਈ ਪ੍ਰਤਾਪ ਸਿੰਘ ਦੇ ਮੋਲੇ ਉਹ ਸ਼ਰਧਾ ਲੈ ਰਹਾ ਤਰਾ ਕੀ ਜੇ ਮੈਂਬਰ ਕਮੇਟੀ ਦੇ ਭਾਈ ਜੋਗਾ ਸਿੰਘ ਮਸ਼ਰੂਨ ਉਹ ਮਿਸਰਾ ਮੈਂਬਰ ਕਮੇਟੀ ਦਾ ਮਸਰਾ ਕੀ ਨਹੀਂ ਚੇ ਦੇ ਭਾਈ ਜੋਗਾ ਸਿੰਘ ਗੁਰਦੁਆਰੇ ਵਾਲੇ ਬੀਬਾ ਸਿੰਘ ਗੁਰਦੁਆਰੇ ਆ ਦੇ ਤਾਂ ਸੰਗਤ ਕਮ ਕਿਸਮ ਸੇਵਾ ਵੀ ਨਜ਼ਾ ਹਰ ਕਿਸਮ ਸੇਵੇ ਨਾਲ ਦੋਸਾ ਸ਼ਾਨ ਪ੍ਰਸ਼ਾਨ ਤੇ ਹੋ ਰਹੀ ਉਹ ਇਨਸ਼ਾਅੱਲਾ ਜਿਹੜਾ ਦੇਵੇ ਖਬਰ ਲੈਣ ਤੇ ਰਸਤਾ ਹੈ ਉਹ ਤੇ ਰਸਤਾ ਕੇ ਕੰਮ ਮੋਲਾ ਬੀਨ ਦੇ ਦੋ ਸੰਗਤ ਕੋ ਮਸ਼ਰੂਨ ਕੇ ਬੱਚੋ ਦਾ ਗੁਰਦੁਆਰਾ ਦਾ
संगत का सेवा पवर बोली सना जिला सरोजवाना बाजी मुकेश का चार सेवा बोली सत्संग जी शौक दौरे मुमक्के में जो कमेटी वालों का जो मेरा बनी हुई तो जो मैं बुधवार ने तरीका लो दादी मिश्रा ने भाजोगा सिंह कमेटी वाला ने दादी से प्रताप सिंह सरा ने कमेटी वो पाकिस्तान सिख गुरुद्वारा कमेटी सरा लगे ने शकम देता बाबा जी अरविंद सिंह राय दास ताई दयनु कई खबरें गई जो गुरुद्वारा वाला डेफा रोक लाए ता मुख्य पशुपास बंदे से पुरस्कार निश्चा सला जदा पता न लगे चले गए तो ये वस्तु कोई अलग ही ता मुख्य पता किधर का सूर्य पति के कुछ स्कूलना गुरुद्वारे चाणी लेता टूल देखों शायद आए ता अच्छा मेरो सुना एक मापले रहा प्रेजेंट में रहो ता एक साड़ी सुना है जिससे कैसे होगी पर नवाब बंदे दर्शन न लगी दस सिर्फ आज का सब कमरे से जिससे कैसे बंदे इतने अच्छे प्रबंध करने वाई त्रिज का फालसा वाई त्रिज की साढ़े 500 साल गुरु देनार बच्चियां गुरुनानक देव जी देनार साढ़े 500 साल गुरु देनार गुरुनानक देव जी देनार साढ़े 500 साल 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 गुरुनानक देव जी देनार कोशिश कहू ची बची बची से ना ना वीड के लेवल तो उधर ही